ਸਾਨੂੰ ਪਿਕਚਰਸ ਕਲਿੱਕ ਕਰਵਾਉਣ ਦਾ ਬਹੁਤ ਸ਼ੌਕ ਹੈ, ਵੀਡੀਓਜ਼ ਬਣਾਉਣ ਦਾ ਬਹੁਤ ਸ਼ੌਕ ਹੈ, ਐਂਡ ਜਿਵੇਂ ਕਿ 94.3 ਮਾਈ ਫਿਲਮ ਦੀ ਜਿਹੜੀ ਨਵੀਂ ਟਿਊਨ ਲਾਂਚ ਹੋਈ ਅਤੇ ਉਹਦੀ ਤੁਸੀਂ ਫਲੈਸ਼ ਮੌਬ ਦੀ ਵੀਡੀਓ ਵੀ ਦੇਖੀ ਹੋਣੀ ਹੈ, ਹੈ ਨਾ? ਮੈਨੂੰ ਬੜੀ ਵਧੀਆ ਲੱਗੀ ਸੀਗੀ ਕਿਉਂਕਿ ਮੈਂ ਵੀ ਸੀਗੀ ਨਾ, ਮੇਰੀ ਵੀ ਵੀਡੀਓ ਬਣੀ ਸੀ। ਸੋ ਫਲੈਸ਼ ਮੌਬ ਦੀ ਜਿਹੜੀ ਵੀਡੀਓ ਹੈ ਉਹ ਬਣਾਈ ਕਿੰਨੇ ਸੀਗੀ, ਟੀਮ ਸੀਗੀ ਚਰਨਜੀਤ ਲਾਗਾ ਫੋਟੋਗ੍ਰਾਫੀ ਦੀ, ਔਰ ਇਸ ਵਕਤ ਸੀ ਕੇ ਸਾਡੇ ਨਾਲ ਨੇ ਜਿਹਨਾਂ ਨੇ ਪ੍ਰੋਪਰ ਜਿਹੜੀ ਟੀਮ ਨੇ ਪ੍ਰੋਪਰ ਸ਼ੂਟ ਕੀਤਾ ਸੀ। ਵੈਲਕਮ ਟੂ ਦ ਸਟੂਡੀਓ। ਥੈਂਕ ਯੂ ਮੈਮ। ਓਕੇ, ਸੋ ਫਸਟ ਆਫ ਆਲ ਤੁਹਾਡੀ ਸੀ ਕੇ ਫੋਟੋਗ੍ਰਾਫੀ ਦੇ ਨਾਮ ਨਾਲ ਹੈ? ਹਾਂ, ਚਰਨਜੀਤ ਲਗਾ ਫੋਟੋਗ੍ਰਾਫੀ, ਐਂਡ ਸੀ ਕੇ ਇਜ਼ ਯੋਰ ਨੇਮ? ਜੀ ਮੈਮ। ਸ਼ਾਮ ਨੂੰ ਸ਼ੂਟ ਹੋਈ ਸੀ ਤੇ ਆਪਾਂ ਨੈਕਸਟ ਡੇ ਮਾਰਨਿੰਗ ਤੁਹਾਨੂੰ ਮਿਲ ਗਈ ਸੀ। ਯੈਸ, ਓਕੇ। ਅੱਛਾ, ਸੋ ਥੋੜਾ ਜਿਹਾ ਚਰਨਜੀਤ ਲਗਾ ਫੋਟੋਗ੍ਰਾਫੀ ਇਸ ਦੇ ਬਾਰੇ ਦੱਸੋ, ਕਦੋਂ ਤੋਂ ਸ਼ੁਰੂਆਤ ਹੋਈ, ਕਿੰਨੇ ਸਾਲ ਹੋ ਗਏ ਤੁਹਾਨੂੰ ਕੰਮ ਕਰਦੇ? ਮੈਨੂੰ ਜੀ ਫੋਟੋਗ੍ਰਾਫੀ ਲਾਈਨ 'ਚ ਹੋ ਗਏ ਨੇ 2 ਸਾਲ। ਓਕੇ, 2 ਸਾਲ ਹੋ ਚੁੱਕੇ ਨੇ। ਉਸ ਤੋਂ ਪਹਿਲਾਂ ਤਾਂ ਮੈਂ ਵੈਸੇ ਕਰਦਾ ਸੀਗਾ ਜੀ, ਮੈਂ ਕੰਪਿਊਟਰ ਇੰਜੀਨੀਅਰ ਹਾਂ ਵੈਸੇ। ਅੱਛਾ, 7-8 ਸਾਲ ਹੋ ਗਏ ਮੈਨੂੰ ਕੰਮ ਕਰਦੇ ਨੂੰ, ਜੋਬ ਕਰਦੇ ਨੂੰ। 4 ਸਾਲ ਮੈਂ ਕੰਪਿਊਟਰ ਇੰਜੀਨੀਅਰਿੰਗ ਕੀਤੀ, ਉਸ ਤੋਂ ਬਾਅਦ ਮੈਨੂੰ ਜੋਬ ਮਿਲ ਗਈ ਸੀ ਕੰਪਨੀ 'ਚ, ਲੈਪਟੋਪ ਰਿਪੇਅਰ ਦੀ। ਮੈਂ ਲੈਪਟੋਪ ਰਿਪੇਅਰ ਕੀਤੇ 1 ਸਾਲ, ਉਸ ਤੋਂ ਬਾਅਦ ਮੈਂ ਉੱਥੇ ਦਾ ਮੈਨੇਜਰ ਬਣ ਗਿਆ ਸੀਗਾ, ਅਤੇ ਉਸ ਤੋਂ ਬਾਅਦ ਮੇਰੀ ਇੱਕ ਟੈਲੀਕੋਮ ਕੰਪਨੀ ਦਾ ਜੋਬ ਲੱਗੀ ਸੀ। ਅੱਛਾ, ਉਹਦੇ ਵਿੱਚ ਮੈਂ ASM ਸੀ, ਅਤੇ ASM ਤੋਂ ਉੱਥੋਂ ਵੀ ਮੈਂ ਛੱਡਤੀ ਸੀ ਕਿਉਂਕਿ ਮੇਰਾ ਸ਼ੌਂਕ ਫੋਟੋਗ੍ਰਾਫੀ ਸੀ ਸ਼ੁਰੂ ਤੋਂ। ਮੈਂ ਕੰਮ ਕਰਦਾ ਰਹਿੰਦਾ, ਮੈਨੂੰ ਟਾਈਮ ਨਹੀਂ ਮਿਲਦਾ ਸੀ ਫੋਟੋਗ੍ਰਾਫ ਕਲਿੱਕ ਕਰਨ ਦਾ ਜਾਂ ਵੀਡੀਓ ਕਲਿੱਕ ਕਰਨ ਦਾ, ਅਤੇ ਫਿਰ ਮੇਰਾ ਇੰਟਰਸਟ ਉੱਧਰ ਹੀ ਸੀਗਾ, ਅਤੇ ਫਿਰ ਮੈਂ ਸੋਚਿਆ ਕਿ ਚਲੋ ਇੱਧਰ ਹੀ ਪੂਰਾ ਸ਼ਿਫਟ ਹੁੰਦਾ। ਉਸ ਤੋਂ ਬਾਅਦ ਮੈਂ 1 ਸਾਲ ਲਈ ਬਾਹਰ ਵੀ ਚਲਾ ਗਿਆ ਸੀ, ਅਤੇ ਸੋਚਿਆ ਸੀ ਉੱਥੇ ਜਾ ਕੇ ਕਰਾਂਗਾ, ਬਟ ਉੱਥੇ ਵੀ ਦਿਲ ਨਹੀਂ ਮੰਨੇ। ਫਿਰ ਵਾਪਸ ਆ ਕੇ ਇੱਥੇ ਮੈਂ 2 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਸਾਰਾ ਕੰਮ। ਓਕੇ, 2 ਸਾਲ ਹੋਏ ਨੇ ਜੀ ਮੈਨੂੰ। 2 ਸਾਲ ਨਹੀਂ, 2 ਸਾਲ ਵਿੱਚ ਤੁਸੀਂ ਕਾਫੀ ਮਤਲਬ ਫੇਮਸ ਹੋ ਗਏ ਹੋ ਜਲੰਧਰ ਦੇ ਵਿੱਚ ਤੁਹਾਡੀ ਫੋਟੋਗ੍ਰਾਫੀ। ਓਕੇ, ਸੋ ਮਤਲਬ ਪੈਸ਼ਨ ਤੁਹਾਡਾ ਤੁਹਾਡੀ ਜੋਬ ਔਰ ਇੰਜੀਨੀਅਰਿੰਗ ਇਹ ਸਭ ਦੇ ਨਾਲ ਨਾਲ ਹੀ ਕੰਟੀਨਿਊ ਰਿਹਾ, ਤੁਸੀਂ ਆਪਣੇ ਨਾਲ ਨਾਲ ਪਿਕਚਰਸ ਵਗੈਰਾ ਕਲਿੱਕ ਕਰਦੇ ਰਹਿੰਦੇ ਸੀਗੇ, ਪੈਸ਼ਨ ਫੋਲੋ ਕਰਦੇ ਸੀਗੇ। ਮਤਲਬ ਤੁਸੀਂ ਅੱਜ ਮੇਰਾ ਪੇਜ ਦੇਖੋਗੇ, ਮੇਰੇ ਖਿਆਲ 'ਚ ਨੇ 7 ਸਾਲ ਪਹਿਲਾਂ ਪੁਰਾਣੀਆਂ ਫੋਟੋ ਹੈਗੀਆਂ ਉਹਦੇ ਵਿੱਚ, ਤਿੱਤਲੀਆਂ ਦੀਆਂ, ਫੁੱਲਾਂ ਦੀਆਂ, ਸਾਰਾ ਕੁਝ ਹੈਗਾ ਜੀ। ਸਾਰੀ ਸ਼ੁਰੂਆਤ ਇੱਥੋਂ ਕਰਦੇ, ਤਿੱਤਲੀਆਂ ਤੋਂ, ਫੁੱਲਾਂ ਤੋਂ, ਔਰ ਅੱਜ ਤੁਸੀਂ ਵੱਡੇ ਵੱਡੇ ਵੈਡਿੰਗਸ ਵੀ ਸ਼ੂਟ ਕਰਦੇ ਹੋ, ਉਹਦੇ 'ਤੇ ਮੈਂ ਆਵਾਂਗੀ, ਮੈਂ ਪ੍ਰੋਪਰ ਪੈਕੇਜਿਸ ਵੀ ਪੁੱਛਣੇ ਹੈ। ਓਕੇ, ਲੇਕਿਨ ਸ਼ੁਰੂਆਤ ਦੀ ਗੱਲ ਕਰਦੇ ਹਾਂ, ਜਦੋਂ ਤੁਸੀਂ ਸੋਚਿਆ ਕਿ ਮੈਂ ਸ਼ੁਰੂਆਤ ਕਰਨੀ ਹੈ, ਆਪਣੀ ਫੋਟੋਗ੍ਰਾਫੀ ਟੀਮ ਖੜੀ ਕਰਨੀ ਹੈ, ਨਾ, ਅਤੇ ਚੈਲੰਜਸ ਆਏ ਹੋਣੇ ਆ, ਮਾਈਂਡ ਦੇ ਵਿੱਚ ਕੀ ਚੱਲ ਰਿਹਾ ਸੀ ਉਸ ਵਕਤ? ਬਹੁਤ ਜ਼ਿਆਦਾ ਚੈਲੰਜ ਆਏ। ਪਹਿਲਾ ਚੈਲੰਜ ਤਾਂ ਇਹੀ ਹੁੰਦਾ ਕਿ ਚਲੋ ਆਪਾਂ ਫਾਈਨੈਂਸ਼ੀਅਲੀ ਬਹੁਤ ਠੀਕ ਨਹੀਂ ਹੁੰਦੇ, ਅਤੇ ਕੈਮਰਾ ਇੰਨੇ ਕੁ ਮਹਿੰਗੇ ਹੁੰਦੇ ਆ ਕਿ ਤੁਸੀਂ ਸੋਚ ਨਹੀਂ ਸਕਦੇ ਲੈਣ ਨੂੰ। ਮਤਲਬ ਇੱਕ ਤੁਸੀਂ ਸਿੰਗਲ ਕੈਮਰਾ ਬਾਏ ਕਰਨਾ ਅੱਜ ਦੇ ਟੈਕਨੋਲੋਜੀ ਦੇ ਹਿਸਾਬ ਨਾਲ ਤਾਂ ਕਮ ਸੇ ਕਮ 4 ਲੱਖ ਦਾ। ਐਗਜੈਕਟਲੀ, ਅਤੇ 4 ਲੱਖ ਦਾ ਇੱਕ ਕੈਮਰੇ ਨਾਲ ਗੱਲ ਨਹੀਂ ਬਣਦੀ, ਮਤਲਬ ਕਮ ਸੇ ਕਮ 4 ਜਾਂ 5 ਤਾਂ ਬਾਏ ਕਰਨੇ ਪੈਣਗੇ। ਐਗਜੈਕਟਲੀ, ਸਭ ਤੋਂ ਪਹਿਲਾ ਚੈਲੰਜ ਤਾਂ ਇਹੀ ਸੀਗਾ। ਫਿਰ ਹੌਲੀ ਹੌਲੀ ਕਰਕੇ ਜਿੱਦਾਂ ਜਿੱਦਾਂ ਪਹਿਲਾਂ ਕੈਮਰਾ ਲਿਆ, ਫਿਰ ਹੌਲੀ ਹੌਲੀ ਸ਼ੂਟ ਸਟਾਰਟ ਕੀਤੇ, ਫਿਰ ਥੋੜ੍ਹਾ ਥੋੜ੍ਹਾ ਨਾਮ ਬਣਿਆ, ਫਿਰ ਥੋੜ੍ਹੇ ਵੱਡੇ ਮਿਲਣੇ ਸ਼ੁਰੂ ਹੋ ਗਏ, ਫਿਰ ਇੱਦਾਂ ਕਰਦੇ ਕਰਦੇ ਫਿਰ ਟੀਮ ਨਾਲ ਬਿਲਡ ਕੀਤੀ ਪੂਰੀ, ਨਾਲ ਮੁੰਡੇ ਇਕੱਠੇ ਹੋਏ ਸਾਰੇ, ਹੈ ਨਾ, ਸਟੂਡੈਂਟ ਆਏ, ਅਤੇ ਉਦਾਂ ਕਰਦੇ ਸਾਰਾ ਕੁਝ ਹੌਲੀ ਹੌਲੀ ਹੁਣ ਤੱਕ ਹੌਲੀ ਹੌਲੀ ਹੋਣਾ ਸ਼ੁਰੂ ਹੋ ਗਿਆ, ਇਸਟੈਬਲਿਸ਼ ਹੋ ਗਿਆ ਫਾਈਨਲੀ। ਓਕੇ, ਸੋ ਸਟਰਗਲ ਤਾਂ ਹਰ ਲਾਈਕ ਚੀਜ਼ ਦੇ ਵਿੱਚ ਚਾਹੀਦਾ ਹੁੰਦਾ, ਸਟਰਗਲ ਕਦੇ ਨਹੀਂ ਖਤਮ ਹੋਣਾ, ਸਟਰਗਲ ਤੇ ਲਰਨ ਕਰਨਾ ਨਾ ਹਮੇਸ਼ਾ ਹੀ ਚੱਲਦਾ ਰਹਿਣਾ ਜੀ। ਓਕੇ, ਸੋ ਆਪਣਾ ਥੋੜਾ ਜਿਹਾ ਪੋਰਟਫੋਲੀਓ ਦੱਸੋ ਕਿ ਕਿੱਦਾਂ ਤੁਸੀਂ ਕੀ ਕੀ ਹਰੇ ਤੱਕ ਕਵਰ ਕੀਤਾ ਹੋਇਆ, ਕੁਝ ਸਪੈਸ਼ਲ ਪੋਰਟਫੋਲੀਓ? ਮੈਂ ਵੈਸੇ ਜ਼ਿਆਦਾਤਰ ਵੈਡਿੰਗਸ ਕਰਦਾ ਕਿਉਂਕਿ ਵੈਡਿੰਗਸ 'ਚ ਮੈਨੂੰ ਹੋਰ ਕੁਛ ਕਰਨ ਨੂੰ ਟਾਈਮ ਨਹੀਂ ਲੱਗਦਾ, ਬਟ ਨਾਲ ਦੀ ਨਾਲ ਇਵੈਂਟਸ ਜਿੰਨੇ ਜਲੰਧਰ ਦੀ ਕੰਪਨੀਆਂ ਨੇ ਇਵੈਂਟਸ ਹੋ ਗਏ, ਜਾਂ ਤੁਸੀਂ ਕਰ ਲਓ ਫੈਸ਼ਨ ਦਾ ਕੁਛ ਕਰ ਲਓ, ਫੈਸ਼ਨ ਦੇ ਪੋਰਟਫੋਲੀਓ ਹੋ ਗਏ, ਉਸ ਤੋਂ ਬਾਅਦ ਕਿਡਸ ਫੋਟੋਗ੍ਰਾਫੀ ਮੈਂ ਬੜੀ ਕੀਤੀ ਹੋਈ ਆ, ਬੱਚਿਆਂ ਦਾ ਬੇਬੀ ਸ਼ੂਟ ਬਹੁਤ ਕੀਤੇ ਪਏ ਨੇ। ਹਾਂ, ਕਿਊਟ। ਹਾਂ, ਤੇ ਇਹ ਸਾਰੇ ਨਾਲ ਨਾਲ ਚੱਲਦੇ, ਬਟ ਬਲੌਗ ਵੀ ਬਣਾਏ ਨੇ ਮੈਂ। ਓਕੇ, ਮੈਨੂੰ ਪਰਸਨਲੀ ਸ਼ੌਂਕ ਹੈ ਇਹ ਸਾਰਾ ਕੁਝ ਕਰਨ ਦਾ, ਬਟ ਮੇਨ ਪ੍ਰੋਫੈਸ਼ਨ ਵੈਡਿੰਗਸ। ਵੈਡਿੰਗ, ਹਾਂਜੀ। ਓਕੇ, ਸੋ ਵੈਡਿੰਗਸ ਦੀ ਗੱਲ ਹੋਈ ਹੈ ਤਾਂ ਮੈਂ ਵੈਡਿੰਗ ਤੇ ਆਈ ਜੰਨੀ ਆ, ਵੈਡਿੰਗ ਦੇ ਪ੍ਰੀ ਵੈਡਿੰਗ ਸ਼ੂਟਸ ਦੀ ਜੇ ਗੱਲ ਕਰੀਏ, ਅੱਜ ਕੱਲ ਬਹੁਤ ਬਹੁਤ ਯੂਰੋ ਦਾ ਟ੍ਰੈਂਡ ਹੈ, ਸੋ ਕਿਸ ਤਰੀਕੇ ਨਾਲ ਪੈਕੇਜਸ ਹੈਗੇ ਨੇ ਤੁਹਾਡੇ ਇਹਦੇ? ਪੈਕੇਜਸ ਡਿਪੈਂਡ ਕਰਦੇ ਨੇ ਤੁਹਾਡੇ ਵੈਨਿਊ, ਤੁਹਾਡੇ ਤੁਹਾਡੇ ਕਿੰਨੇ ਰਿਚੁਅਲਸ ਨੇ, ਤੁਹਾਡੇ ਕਿੰਨੇ ਫੰਕਸ਼ਨਸ ਨੇ, ਹੈ ਨਾ, ਤੇ ਕਿੱਥੇ ਹੋ ਰਹੀ ਆ ਵੈਡਿੰਗ,
ਤੇ ਉਸ ਦੇ ਹਿਸਾਬ ਨਾਲ ਸਾਰਾ ਕੁਝ ਹੁੰਦਾ। ਅੱਛਾ ਪ੍ਰੀ ਵੈਡਿੰਗ ਸ਼ੂਟ ਦੀ ਜੇ ਗੱਲ ਕਰੀਏ, ਸਿਰਫ ਪ੍ਰੀ ਵੈਡਿੰਗ ਸ਼ੂਟ ਦੀ ਵੀ ਇਦਾਂ ਹੁੰਦੀ ਕਿ ਜੇ ਕਈ ਵਾਰ ਲੋਕ ਕਹਿੰਦੇ ਨੇ ਕਿ ਜੀ ਪੰਜਾਬ 'ਚ ਹੀ ਕਰ ਲਓ ਜੇ ਪੰਜਾਬ ਦੇ ਨੇ, ਤੇ ਕਈ ਵਾਰ ਕੀ ਹੁੰਦੇ ਨੇ ਉਹਨਾਂ ਨੂੰ ਹੁੰਦੀ ਕਿ ਚਲੋ ਅਸੀਂ ਹਿਲ ਸਟੇਸ਼ਨ ਜਾਣਾ ਜਾਂ ਕਿਤੇ ਜੈਪੁਰ ਜਾਣਾ ਜਾਂ ਕਿਤੇ ਹਨਾ ਤਾਜ ਮਹਿਲ ਜਾਣਾ, ਜੋ ਉਸ ਦੇ ਹਿਸਾਬ ਨਾਲ ਐਡ ਆਨ ਹੁੰਦੇ ਰਹਿੰਦੇ ਐਡ ਆਨ ਹੁੰਦੇ ਰਹਿੰਦੇ ਆ। ਜੀ ਜੀ ਓਕੇ ਦੈਟਸ ਕੂਲ। ਬਾਕੀ ਜਿੰਨੇ ਪੈਕੇਜ ਨੇ ਸਾਰੇ ਨਾ ਮੇਰੀ ਸਾਈਟ ਹੈ charanjeetlagafotography.com, ਓਕੇ ਉਸ ਦੇ ਉੱਪਰ ਸਾਰਾ ਕੁਝ ਮੈਂਸ਼ਨ ਹੈ। ਅੱਛਾ ਵੈਬਸਾਈਟ ਹੈ charanjeetlagafotography.com। ਸੋਸ਼ਲ ਮੀਡੀਆ ਤੇ ਵੀ ਤੁਸੀਂ ਹੋਣੇ ਹੋ? ਜੀ ਸੋਸ਼ਲ ਮੀਡੀਆ ਤੇ ਮੇਰਾ ਚਰਨਜੀਤ ਲਗਾ ਫੋਟੋਗ੍ਰਾਫੀ, ਯੂਟਿਊਬ, ਇੰਸਟਾਗ੍ਰਾਮ ਔਰ ਫੇਸਬੁੱਕ, ਓਕੇ ਇੱਕੋ ਨਾਮ ਤੇ ਤਿੰਨੋਂ ਹੈਗੇ ਨੇ। ਅੱਧੀ ਹੈਲਪ ਉਹ ਕਰ ਦਿੰਦੇ ਨੇ ਕਿਉਂਕਿ ਉਹਨਾਂ ਨੂੰ ਮਾਈਂਡ ਚ ਹੁੰਦਾ ਕਿ ਅਸੀਂ ਸਟੋਰੀ ਸ਼ੂਟ ਕਰਾਂਗੇ, ਕ੍ਰੇਜ਼ ਹੁੰਦਾ ਕਪਲਸ ਨੂੰ ਆਪਾਂ ਐਡਾ ਪੋਰਟਰੇ ਹੋਈਏ ਹੈ। ਜੀ 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 ਜ਼ਿਆਦਾਤਰ ਵੈਸੇ ਕੁੜੀਆਂ ਨੂੰ ਹੁੰਦਾ, ਮੁੰਡੇ ਨਹੀਂ ਇੰਨਾ ਕਰਦੇ ਤੇ ਕੁੜੀਆਂ ਨੇ ਪਹਿਲਾਂ ਹੀ ਸੋਚਿਆ ਹੁੰਦਾ ਕਿ ਅਸੀਂ ਇਹ ਸ਼ੂਟ ਕਰਨਾ, ਇਹ ਡਰੈਸ ਪਾਉਣੀ ਆ, ਇਹ ਗਾਣੇ ਤੇ ਕਰਨਾ ਤੇ ਮੇਰੇ ਇਹ ਸ਼ੂਟ ਸ਼ਾਰਟ ਜ਼ਰੂਰ ਲਿਓ, ਮਤਲਬ ਮੇਰੇ ਬਾਲਾਂ ਦੇ ਸ਼ਾਰਟ ਮੇਰੇ ਹਨਾ ਸਾਰਾ ਕੁਝ। ਹਾਂ ਆਪਾਂ ਸਲਿਮ ਲੱਗਣੇ ਚਾਹੀਦੇ ਆ, ਆਪਾਂ ਹੀਰੋਇਨ ਲੱਗਣੇ ਚਾਹੀਦੇ ਆ। ਐਂਡ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਮੈਂ ਆਪਣੀ ਪ੍ਰੀ ਵੈਡਿੰਗ ਸ਼ੂਟ ਸ਼ਾਹਰੁਖ ਖਾਨ ਦੇ ਗਾਣੇ ਤੇ ਕਰਵਾਉਣੀ ਹੈ। ਮੈਂ ਤਾਂ ਇਹ ਸਾਰੇ ਆਊਟਫਿਟਸ ਵਗੈਰਾ ਵੀ ਲੈ ਕੇ ਰੱਖੇ ਹੋਏ ਨੇ, ਮੈਂ ਬਸ ਵੇਟ ਕਰਦੀ ਪਈ ਆ ਕਿ ਥੋੜੀ ਜਿਹੀ ਮੈਂ ਪਤਲੀ ਹੋਰ ਹੋ ਜਾਵਾਂ, ਫਿਰ ਉਸ ਤੋਂ ਬਾਅਦ ਮੈਂ ਤੁਹਾਡੇ ਕੋਲ ਪ੍ਰੋਪਰ ਆਪਣਾ ਫੋਟੋ ਸ਼ੂਟ ਕਰਾਵਾਂਗੀ। ਐਂਡ ਇਨ ਕੇਸ ਨਹੀਂ ਹੋ ਪਾਈ ਤਾਂ ਤੁਸੀਂ ਪਤਲਾ ਥੋੜਾ ਦਿਖਾ ਦੇਣਾ, ਥੋੜਾ ਐਂਗਲ ਵਗੈਰਾ ਦੇਖ ਲੈਣਾ, ਮੈਨੂੰ ਕੁਝ ਜ਼ਿਆਦਾ ਪਤਾ ਨਹੀਂ ਹੈ। ਓਕੇ ਸੋ ਐਨੀਥਿੰਗ ਐਲਸ ਤੁਸੀਂ ਕੁਝ ਹੋਰ ਚੀਜ਼ ਤੁਸੀਂ ਕਹਿਣਾ ਚਾਹੁੰਦੇ ਹੋ ਜਿਹੜੇ ਤੁਹਾਨੂੰ ਸੁਣ ਰਹੇ ਨੇ, ਕਿਉਂਕਿ ਫੋਟੋਗ੍ਰਾਫੀ ਦੇ ਕੁਝ ਜਿਹੜੇ ਸ਼ੌਕੀਨ ਨੇ ਜਿਹਨਾਂ ਨੂੰ ਫੋਟੋਗ੍ਰਾਫੀ ਦਾ ਹੁੰਦਾ ਕਿ ਆਪਾਂ ਸਾਨੂੰ ਸ਼ੌਕ ਹੈ ਆਪਾਂ ਕੁਝ ਸਟਾਰਟਅਪ ਕਰ ਲਈਏ ਕੁਝ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹਨਾਂ ਦੇ ਵਿੱਚ ਪੈਸ਼ਨ ਹੈ? ਮੈਂ ਤਾਂ ਜੀ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਛੱਡਣਾ ਨਹੀਂ ਚਾਹੀਦਾ, ਜੇ ਜੋ ਵੀ ਪੈਸ਼ਨ ਹੈ ਚਾਹੇ ਫੋਟੋਗ੍ਰਾਫੀ ਹੈ ਜਾਂ ਕੁਛ ਵੀ ਆ, ਬਸ ਲੱਗੇ ਰਹੋ ਤੇ ਇੱਕ ਨਾ ਇੱਕ ਦਿਨ ਤੁਸੀਂ ਅਚੀਵ ਜ਼ਰੂਰ ਕਰੋਗੇ ਜੇ ਸੱਚੇ ਦਿਲ ਨਾਲ ਕਰਦੇ ਹੋ। ਓਕੇ ਜਿੱਦਾਂ ਜੀ ਮੈਂ 7 ਸਾਲ ਪਹਿਲਾਂ ਸ਼ੁਰੂ ਕੀਤਾ ਸੀਗਾ, ਮੈਨੂੰ ਪਤਾ ਨਹੀਂ 6 ਸਾਲਾਂ ਬਾਅਦ ਮੈਨੂੰ ਮਿਲਣਾ, ਤੇ ਵੇਟ ਮਤਲਬ ਕਰਨਾ ਚਾਹੀਦਾ ਜੀ, ਵੇਟ ਕਰਨਾ ਚਾਹੀਦਾ, ਜਦੋਂ ਮਿਲਣਾ ਉਦੋਂ ਮਿਲਣਾ ਜੀ। ਓਕੇ ਤੇ ਜਿਹੜੀਆਂ ਸਾਰੀਆਂ ਸੈਲਫੀ ਕੁਈਨਸ ਹੈਗੀਆਂ ਨੇ ਉਹਨਾਂ ਲਈ ਕੋਈ ਟਿਪ ਕੀ, ਉਹਨਾਂ ਦੀ ਜਿਹੜੀ ਪਿਕਚਰਸ ਹੈ ਬਹੁਤ ਵਧੀਆ ਹਨ ਜੀ? ਉਹ ਉਹਨਾਂ ਨੂੰ ਉਹ ਪਰਫੈਕਟ ਹੁੰਦੀਆਂ ਜੀ ਨਾ ਜੀ, ਕੁੜੀਆਂ ਆਲਵੇਸ ਪਰਫੈਕਟ ਨੇ, ਅਸੀਂ ਉਹਨਾਂ ਤੋਂ ਲਈਦਾ ਟਿਪ ਜੀ, ਤੁਸੀਂ ਦੱਸੋ ਕੁਛ। ਇਹ ਤਾਂ ਗੱਲ ਵਧੀਆ, ਫਿਲਟਰ ਫਿਲਟਰ ਲਾਉਣ ਦੇ ਵਿੱਚ ਸਾਡੇ ਨਾਲ ਤਾਂ ਕੋਈ ਚਿੱਤ ਨਹੀਂ ਸਕਦਾ। ਓਕੇ ਸੋ ਇੱਕ ਵਾਰ ਫਿਰ ਤੋਂ ਦੁਬਾਰਾ ਤੁਸੀਂ ਸੋਸ਼ਲ ਮੀਡੀਆ ਤੇ ਕਿੱਦਾਂ ਕਨੈਕਟ ਕਰ ਸਕਦੇ ਨੇ ਤੁਹਾਨੂੰ ਸਭ ਇੱਕ ਵਾਰ ਦੁਬਾਰਾ ਤੇ ਬੋਲ ਦਿਓ। ਹਾਂਜੀ ਹਾਂਜੀ, ਤੁਸੀਂ ਚਰਨਜੀਤ ਲਗਾ ਫੋਟੋਗ੍ਰਾਫੀ ਫੇਸਬੁੱਕ, ਯੂਟਿਊਬ, ਇੰਸਟਾਗ੍ਰਾਮ ਸਾਰੀ ਜਗ੍ਹਾ ਕਰ ਸਕਦੇ ਹੋ ਸਰਚ, ਤੇ ਜਿੱਥੇ ਵੀ ਤੁਸੀਂ ਟਾਈਪ ਕਰੋਗੇ ਮੇਰਾ ਪੇਜ ਸਾਰਾ ਕੁਛ ਫੋਟੋਜ਼ ਵੀਡੀਓਜ਼ ਤੁਸੀਂ ਸਾਰਾ ਕੁਝ ਦੇਖ ਸਕਦੇ। ਇਸ ਤੋਂ ਇਲਾਵਾ ਚਰਨਜੀਤ ਲਗਾ ਫੋਟੋਗ੍ਰਾਫੀ.com ਇਸ ਦੇ ਸਾਈਟ ਦੇ ਵਿੱਚ ਜਾ ਕੇ ਤੁਸੀਂ ਸਾਰੇ ਪੈਕੇਜ, ਮੇਰਾ ਕੰਮ, ਮੇਰੇ ਅਬਾਊਟ ਮੀ, ਮਾਈ ਟੀਮ, ਮਤਲਬ ਸਾਰਾ ਕੁਝ ਸਰਚ ਕਰ ਸਕਦੇ। ਲੇਕਿਨ ਫਿਲਹਾਲ ਜਿਹੜਾ ਸਾਡਾ ਫੋਟੋਸ਼ੂਟ ਹੈ ਬਹੁਤ ਹੀ ਜਲਦ ਆ ਰਿਹਾ ਹੈ, ਸਾਡੇ ਸਾਰੇ ਜਿਹੜੇ ਮਤਲਬ ਆਰਜੇ ਗੈਰੀ, ਬਿੰਦਾਸ, ਵਿਕਾਸ ਔਰ ਮੇਰਾ ਵੀ, ਸਾਨੂੰ ਇੱਕ ਅਲੱਗ ਲੁੱਕ ਦੇ ਵਿੱਚ, ਇੱਕ ਨਵੇਂ ਅਵਤਾਰ ਦੇ ਵਿੱਚ ਤੁਸੀਂ ਬਹੁਤ ਹੀ ਜਲਦ ਦੇਖਣ ਵਾਲੇ ਹੋ। ਐਂਡ ਫਿਲਹਾਲ ਮੈਂ ਵਧੀਆ ਵਧੀਆ ਪਿਕਚਰਸ, ਕਿਉਂਕਿ ਫੋਟੋਗ੍ਰਾਫੀ ਟੀਮ ਸਟੂਡੀਓ ਵਿੱਚ ਹੈ, ਇੰਨਾ ਵਧੀਆ ਬਲੈਸਿੰਗ ਕੋਈ ਹੋ ਹੀ ਨਹੀਂ ਸਕਦੀ। ਵੈਸੇ ਤੁਹਾਡੀ ਜਿਹੜੀ ਵਾਈਫ ਵਗੈਰਾ ਬਹੁਤ ਖੁਸ਼ ਹੋਣਗੇ ਕਿ ਅੱਛਾ ਹਮ ਜਦੋਂ ਹੋਣਗੇ, ਮੈਂ ਕਹਿ ਰਹੀ ਹਾਂ ਪ੍ਰੋਡਕਟ ਕਰ ਰਹੀ ਹਾਂ, ਕਿਉਂਕਿ ਉਹ ਤਾਂ ਬੜੀ ਖੁਸ਼ ਹੋਣਗੇ ਫੋਟੋਗ੍ਰਾਫੀ ਪਿਕਚਰਸ ਵਗੈਰਾ ਕਰਵਾਉਣਗੇ। ਉਹਨਾਂ ਨੂੰ ਤਾਂ ਜੀ ਟਾਈਮ ਟੂ ਟਾਈਮ ਸ਼ੂਟ ਮਿਲਿਆ ਕਰੇ। ਹਾਂ ਚਲੋ ਠੀਕ ਹੈ, ਹੁਣ ਮੈਂ ਥੋੜੀ ਦੇਰ ਤੱਕ ਕੈਂਡਿਡ ਪਿਕਚਰ ਕਲਿੱਕ ਕਰਵਾਵਾਂਗੀ ਜੀ ਕਿ ਮੇਰੀ ਕੈਂਡਿਡ ਆਏ ਇੱਦਾਂ ਦੀ ਲੱਗੇ, ਯੂ ਨੋ। ਚਲੋ ਜੀ, ਸਟੇ ਟਿਊਨ ਟੂ 94.3 ਮਾਈ ਫੇਮ। ਚਲੋ ਅੱਜ ਕੁਝ ਅੱਛਾ ਸੁਣਦੇ ਹਾਂ।